हाँ जी सत श्री अकाल सारे नूं वेलकम करते हैं जी पिंडर डेयरी फार्म विच। आपां पहुंच चुके हैं वल्ला मंडी दे विच, ते वल्ला मंडी दे विच आपां तुहानूं मिलावांगे जग्गू भाई नाल। आ सारियां वैड़ां जग्गू भाई लै के आए ने, ते बहुत ही मशहूर ने यूट्यूब दे उत्ते व्यापार लाइन दे विच, ते उहनां नाल गल्लबात करावांगे, डिटेल भी लैणे आ कि किन्ने क पशु लै के आए हैं। ते जग्गू भाई ते उहनां दे नाल कैमरामैन भी नाल ही, अज्ज सारिआं नाल ही मुलाकात करा देणी आपां। ਚੰਗੀਆਂ ਟੌਪ ਦੀਆਂ ਵਹਿੜਾਂ ਜੀ, ਵਹਿੜ ਚੈੱਕ ਕਰ ਲਓ ਪਹਿਲਾਂ ਜੱਗੂ ਭਾਈ ਦੀ ਹੈ ਜੀ, ਤਾਜ਼ੀ ਸੂਈ ਹੈ ਇਹ, ਕੰਡਾ ਹੀ ਬੰਨੀ ਕਰਦੀ ਹੈ, ਕਹਿੰਦੇ ਦੁਨੀਆ ਉਸਤਾਦ ਮੰਨਦੀ ਆ। ਆਹ ਵੇਖੋ ਚੰਗੀ ਸੋਹਣੀ ਸੁਨੱਖੀ ਵਹਿੜ ਆ ਜੀ। ਬਾਕੀ ਗੱਲਬਾਤ ਵੀ ਕਰਾਉਂਦੇ ਹਾਂ ਭਾਜੀ ਨਾਲ, ਜਿੱਥੇ ਭਾਜੀ ਖਲੋਂਦਾ ਰੌਣਕਾਂ ਲੱਗ ਜਾਂਦੀਆਂ, ਲਾਗੇ ਬੰਨੇ ਦੇਖ ਸਕਦੇ ਹਾਂ ਕਿੰਨੀਆਂ ਰੌਣਕਾਂ ਲੱਗੀਆਂ। ਵੇਖੋ ਜੀ ਸਤਿ ਸ਼੍ਰੀ ਅਕਾਲ ਭਾਜੀ। ਬਾਕੀ ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਇਹਨਾਂ ਭਰਾਵਾਂ ਨੇ ਸਾਨੂੰ ਮਾਣ ਤੇ ਬਖਸ਼ਿਆ, ਤੇ ਪਹਿਲਾਂ ਵੀ ਸਾਡੇ ਨਾਲ ਖੜਦੇ ਰਹੇ ਇਦਾਂ ਦੀਆਂ, ਤੇ ਬਾਕੀ ਇਦਾਂ ਹੀ ਵੀਰ ਇਹ ਜਿਹੜਾ ਮੇਲਾ ਸਾਰੇ ਭੈਣ ਭਰਾਵਾਂ ਦੇ ਨਾਲ ਹੀ ਫੱਬਦਾ ਵੀਰ ਜੀ, ਜਿਹੜੀ ਗੱਲ ਹੈ ਸਹੀ ਗੱਲ ਸਹੀ ਗੱਲ ਇਹ ਪਤਾ ਲੱਗਦਾ ਹੁਣ ਮੰਡੀ 'ਚ ਆਏ ਆ। ਹਾਂਜੀ ਹਾਂਜੀ ਜੀ, ਪਿਆਰ ਦੇਖਦੇ ਆ ਜੱਗੂ ਭਾਅ ਦਾ, ਇੱਕ ਨਾਮ ਆ ਮੱਲੋ ਏਰੀਏ ਦੇ ਵਿੱਚ ਨਾ। ਹਾਂਜੀ ਜੀ, ਵੀਰ ਦਾ ਨਾਮ ਆ ਇੱਕ, ਬਾਕੀ ਵੀਰ ਦਾ ਮੱਲੋ ਜਗਦੀਪ ਡੇਰੀ ਫਾਰਮ, ਹਾਂਜੀ ਜੀ, ਚੈਨਲ ਵੀ ਆ ਯੂਟਿਊਬ ਦੇ ਉੱਤੇ। ਹਾਂਜੀ ਹਾਂਜੀ ਜੀ, ਜਿਨ੍ਹਾਂ ਵੀਰਾਂ ਨਹੀਂ ਅਵਲ ਤੇ ਸਾਰਿਆਂ ਵੀਰਾਂ ਨੂੰ ਪਤਾ ਹੀ ਆ। ਹਾਂਜੀ ਹਾਂਜੀ ਜੀ, ਵੀਰ ਦੀ ਚੜ੍ਹਾਈ ਹੈ, ਕਿਹੜਾ ਏਰੀਆ ਜਿਹੜਾ ਭਾਜੀ ਨੂੰ ਨਹੀਂ ਜਾਣਦਾ। ਬਾਕੀ ਵੀਰ ਜੀ, ਪਰਮਾਤਮਾ ਦੇ ਹੁਕਮ ਹੋਵੇ ਤੇ ਸਭ ਕੁਝ ਜਾਣਦਾ, ਸਭ ਕੁਝ ਜਾਣਦਾ ਜਿਹੜੀ ਗੱਲ ਕਰਨ ਵਾਲੀ ਆ। ਤੇ ਬਾਕੀ ਬਸ ਆਹ ਗੱਲ ਹੈ ਜਿਹੜੀ ਗੱਲ ਕਰਨ ਵਾਲੀ ਆ, ਇਹਦੇ ਤੋਂ ਵੀਰ ਜੇ ਸਤਿਗੁਰ ਸਹਾਈ ਹੋਵੇ ਤੇ ਸਭ ਕੁਝ ਨਾ ਆਇਆ। ਬਿਲਕੁਲ ਜੀ ਬਿਲਕੁਲ, ਬਾਕੀ ਪਿਆਰ ਦੀ ਗੱਲ ਹੁੰਦੀ ਆ, ਜਿੱਥੇ ਪਿਆਰ ਮਿਲਦਾ ਉੱਥੇ ਦੁਨੀਆ ਆਉਂਦੀ ਆ ਜੀ। ਸਤਿਗੁਰ ਦਾ ਪਿਛਾ ਦੇਵੇ। ਕਿੰਨੇ ਪਸ਼ੂ ਲੈ ਕੇ ਆਏ ਜੀ ਆਪਾਂ? ਵੀਰ ਜੀ ਆਪਣੇ ਕੋਲ ਗਾਵਾਂ 10 ਗਾਈਆਂ ਹੁਣ ਆ ਗਈਆਂ। ਠੀਕ ਆ ਜੀ, ਤੇ ਰਾਤ ਰਾਤ 10 ਗਾਈਆਂ ਹੋਰ ਆਉਣਗੀਆਂ। ਠੀਕ ਆ, 10 ਹੀ ਝੋਟੀਆਂ 20-20 ਕਿਲੋ ਵਾਲੀਆਂ ਖੜੀਆਂ ਆਪਣੇ ਕੋਲ। ਠੀਕ ਆ, ਤੇ ਗਾਂ ਆਪਣੇ ਕੋਲ 20 ਕਿਲੋ ਤੋਂ ਰੱਖ ਕੇ 70 ਕਿਲੋ ਤੱਕ ਮੱਛੀ ਆਈਟਮ ਦਿੱਤੀ। ਚੰਗੀ ਆ, ਹਾਂ ਖੜੀ ਭਜੀਆਂ। ਠੀਕ ਆ ਜੀ, ਸਹੀ ਆ। ਆਹ ਲੈਣੇ ਮੜਾ ਜਿਹਾ ਵੀ ਇਹਨੂੰ ਘਮਾਓ। ਆ ਆ ਵੇਖੋ ਜੀ ਵਹਿੜਾ ਚੈੱਕ ਕਰ ਲਓ, ਆ ਦਰਸ਼ਨ ਕਰੋ ਜੀ, ਪ੍ਰਦਰਸ਼ਨੀ ਵਹਿੜਾਂ ਜੀ ਪੂਰੀਆਂ ਟੌਪ ਦੀਆਂ, ਚੰਗੇ ਰਿਕਾਰਡ ਆ ਇਹਨਾਂ ਵਹਿੜਾਂ ਦੇ। ਆ ਵੇਖੋ ਜੀ ਪੂਰੀਆਂ ਤਕੜੀਆਂ ਆ ਜੀ, ਬਾਕੀ ਬਰੀਡ ਬਰੂਡ ਚੈੱਕ ਕਰ ਲਓ। ਇੱਧਰ ਨੂੰ ਘੁਮਾ ਲਾ ਵੀਰ, ਇੱਧਰ ਨੂੰ ਲਾਇਆ, ਸੂਰਜ ਪੈਂਦਾ ਉੱਧਰ ਨੂੰ। ਬਾਕੀ ਚੰਗੀਆਂ ਪੂਰੀਆਂ ਟੌਪ ਟੌਪ ਦੀਆਂ ਵਹਿੜਾਂ ਖਰੀਦਣੀਆਂ ਜੱਗੂ ਭਾਈ ਭਾਈ ਨੂੰ ਮਿਲਦੇ ਆ ਕੇ। ਆ ਵੇਖੋ ਜੀ ਵਹਿੜਾਂ ਚੈੱਕ ਕਰ ਲਓ ਜੀ, ਬਾਕੀ ਆ ਕੇ ਮਿਲਿਓ, ਰੌਣਕ ਆਪੇ ਲੱਗ ਜਾਣੀ ਆ ਬੱਲੇ ਬੱਲੇ। ਹਾਂਜੀ ਰੂਹ ਖੁਸ਼ ਹੋ ਜਾਂਦੀ ਆ ਜੀ ਚੰਗੀਆਂ ਸੋਹਣੀਆਂ ਵਹਿੜਾਂ ਦੇਖ ਕੇ। ਆ ਵੇਖੋ ਜੀ ਵਹਿੜਾਂ ਚੈੱਕ ਕਰ ਲਓ ਜੀ, ਕੁਆਲਿਟੀ ਚੈੱਕ ਕਰੋ, ਹਵਾਨੇ ਚੈੱਕ ਕਰੋ ਜੀ, 20 ਤੋਂ ਲੈ ਕੇ 70 70 ਲੀਟਰ ਅਗਲੇ ਬੰਦੇ ਚੀਜ਼ਾਂ ਆਉਂਦੇ ਫੇਰ ਹੀ ਲੱਗਦੀ। ਬਸ ਬਸ ਬਿਲਕੁਲ ਬਿਲਕੁਲ ਜੀ, ਬਾਕੀ ਕਹਿ ਦਿੰਦੇ ਨੇ ਸਾਰੇ ਵੀ ਬਾਕੀ ਨੇ ਜੀ ਕਿੰਨੇ ਕਿਲੋ ਵਾਲੀਆਂ ਬਾਕੀ ਬਾਕੀ ਲੈ ਗਏ ਨਾ ਵੀਰ ਜੀ, ਕਈ ਵੀਰ ਕਹਿ ਦਿੰਦੇ ਮੇਰੀ 40 ਕਿਲੋ ਵਾਲੀ, ਮੈਦਾਨ ਜੀ ਵੀਰ ਉਹਦੇ ਉੱਤਰਦਾ ਨਾ ਕੋਈ ਭਲਵਾਨ ਉਹਦਾ ਪਤਾ ਲੱਗਦਾ। ਬਸ ਬਸ ਬਸ, ਕਿਹੜਾ ਗੁੱਟ ਫੜਦਾ ਤੇ ਕਿਹੜਾ ਕੋਈ ਕਿੰਨੇ ਦਮ ਚੋਗਾ ਹੈਗਾ, ਕਿੰਨੇ ਕੈਂਚੀ ਲਾਉਣੀ ਆ ਉਦੋਂ ਮੌਕੇ ਤੇ ਪਤਾ ਲੱਗਦਾ ਜੀ। ਇਹਨਾਂ ਦੇ ਇਹ ਚੀਜ਼ਾਂ ਦੇ ਨਾ ਕਹਿਣ ਨੂੰ ਧੱਕੇ ਨਾਲ ਰੁਪਏ ਲੱਗ ਜਾਂਦੇ ਆ। ਹਾਂਜੀ, ਤੇ ਬਾਬੇ ਦੀ ਮਿਹਰ ਹੈ, ਚਲੋ ਜਿੰਨਾ ਵੀ ਬਈਆਂ ਨੂੰ ਜਾਣਕਾਰੀ ਆ, ਸ਼ੁਰੂ ਤੋਂ ਹੀ ਪਹਿਲਾਂ ਅਸਲੀ ਤੇ ਗਾਂ ਦੇ ਪੌਦੇ ਖਿਡਾਰੀ ਰਹੇ ਆ ਜੀ, ਤੇ ਫਿਰ ਚਲੋ ਮੱਝਾਂ ਆਪਾਂ ਲੈਣ ਡਿਆ ਵੀ ਦਿਨ ਜਿਹੜੀ ਗੱਲ ਕਰਨ ਵਾਲੀ ਆ, ਤੇ ਗਾਂ ਵੀ ਜਿਹੜੀ ਆਪਾਂ ਲੈਂਦੇ ਆ ਭਾਜੀ, ਜੇ ਜਰਸੀ ਲਵਾਂਗੇ ਬਰੀਡ ਤੇ ਲੈਣੀ ਭਾਜੀ, ਜੇ ਐਚਐਫ ਲਵਾਂਗੇ ਬਰੀਡ ਦੇ ਨਸਲ ਤੇ ਲੈਣੀ ਭਾਜੀ। ਬਾਕੀ ਬਰੀਡ ਪੂਰੀ ਹੈ ਨਾ, ਬਰੀਡ ਤੇ ਜ਼ਿਆਦਾ ਝੋਟੀਆਂ ਦਾ ਵੀ ਕੰਮ ਜਿਹੜਾ ਬਰੀਡ ਤੇ ਕਰਦਾ ਵਾ। ਹਾਂਜੀ ਜੀ, ਗਾਵਾਂ ਵੀ ਜਿਹੜੀ ਆਪਾਂ ਬਰੀਡ ਇਹਨੂੰ ਭਾਈ ਘੁਮਾਇਓ ਆ ਮੰਤਾ ਆ ਲੈਣੀ ਸਿਰਾ ਹੀ ਆਪਾਂ ਅੱਜ ਵਿਖਾ। ਆ ਵੀ ਚੈੱਕ ਕਰੋ ਜੀ, ਚਾਰੇ ਚੈੱਕ ਕਰ ਲਓ ਜੀ। ਹਾਂਜੀ ਜੀ, ਕੁਆਲਿਟੀ ਚੈੱਕ ਕਰੋ, ਬਾਕੀ ਕੁਆਲਿਟੀ ਦੇ ਚੈੱਕ ਕਰੋ, ਤੇ ਦੁੱਧ ਵੇਖੋ ਫਿਰ ਕਿੰਨਾ ਦਿੰਦੀਆਂ ਜੀ ਇਹ।
ਬੇਨਤੀ ਹੈ ਵੀ ਕਈ ਚੈਨਲ ਵਾਲਿਆਂ ਦੇ ਵੇਖੋ ਸੁਣਦੇ ਜੋ ਤੁਸੀਂ ਵੀ ਚਲੋ ਵੀਰ ਭਰਾ ਸੁਣਦੇ ਜੋ ਵੀ ਕਈ ਕਹਿੰਦੇ ਦੀਵਾਲੀ ਦਾ ਕਰਕੇ ਮੰਦਾ ਹੋ ਗਿਆ ਉਹ ਹੋ ਗਿਆ ਮੰਦਾ ਤੁਹਾਨੂੰ ਪਤਾ ਇੱਥੋਂ ਫੜ ਕੇ ਜਦੋਂ ਫੜ ਕੇ ਫਿਰ ਮੰਦਾ ਹੀ ਹੋਣਾ ਵਾ ਜਿਹੜੀ ਚੀਜ਼ ਜਿਹੜੀ ਅਸਲ ਹੈ ਉਹਦਾ ਅਸਲ ਦਾ ਤੇ ਫਿਰ ਅਸਲ ਹੀ ਮੁੱਲ ਲਾਉਣਾ ਪੈਣਾ ਜਿਹੜੀ ਗੱਲ ਹੈ ਬਿਲਕੁਲ ਜੀ ਬਿਲਕੁਲ ਸ਼ਾਹ ਜੀ ਸੋਨਾ ਉਹ ਰੱਖਿਆ ਨਾ ਦੇਖਦਾ ਜੀ ਸਹੀ ਗੱਲ ਹੈ ਭਾਈ ਜਿਹੜਾ ਮੰਦਾ ਦੇ ਫਿਰ ਬਣ ਗਿਆ ਜੀ ਲੋਹੇ ਦਾ ਆ ਗਿਆ ਤੇ ਜਾਂ ਪਿੱਤਲ ਦਾ ਇਹੋ ਚੀਜ਼ਾਂ ਦਾ ਸੋਨੇ ਦਾ ਮੁੱਲ ਜਿਹੜਾ ਤੁਹਾਨੂੰ ਪਤਾ ਲੱਗ ਗਿਆ ਜੀ ਵਿਕਣਾ ਸੋਨੇ ਦਾ ਵੱਧਦਾ ਹੀ ਆ ਘਟਦਾ ਨਹੀਂ ਤੇ ਬਾਕੀ ਬੱਚੀ ਜਿਹੜੀ ਆਪਣੇ ਕੋਲ ਟੌਪ ਦਾ ਟੌਪ ਆ ਦੁੰਦੀਆਂ ਚੋਗੀਆਂ ਖੜੀਆਂ ਨੇ ਝੋਟੀਆਂ ਵੀ ਟੌਪ ਦੀਆਂ ਹਾਂਜੀ ਝੋਟੀਆਂ ਉੱਧਰ ਖੜੀਆਂ ਨੇ ਖੜੀਆਂ ਆਪਣੇ ਕੋਲ ਤੇ ਹੁਣ ਤੇ ਚਵਾਈ ਕਰਤੀ ਆ ਆਪਣਾ ਚੈਨਲ ਦੱਸ ਦਿਓ ਭਾਜੀ ਮੇਰਾ ਚੈਨਲ ਵੀ ਬੋਲ ਦਿਓ ਜਗਦੀਪ ਡੇਰੀ ਫਾਰਮ ਚੈਨਲ ਜੀ ਆਪਣਾ ਠੀਕ ਆ ਮੋਬਾਈਲ ਨੰਬਰ ਵੀ ਬੋਲ ਦਿਓ ਭਾਜੀ ਆਪਣਾ 9766 ਤੇ 15127 ਆ ਠੀਕ ਆ ਜੀ ਹਾਂਜੀ ਇਹ ਭਾਜੀ ਜਗੂ ਭਾਈ ਦਾ ਨੰਬਰ ਇਹ ਹਾਂਜੀ ਜਗੂ ਭਾਈ ਦਾ ਨੰਬਰ ਠੀਕ ਆ ਤੇ ਬਾਕੀ ਚਲੋ ਤੁਹਾਡੇ ਜਾਨਾਂ ਦਾ ਪਿੰਡ ਦਾ ਸਭ ਤੋਂ ਪਹਿਲਾਂ ਜ਼ਰੂਰੀ ਇਹ ਚੀਜ਼ਾਂ ਦੇ ਪਿਆਰ ਹੋਣਾ ਚਾਹੀਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਕਿੱਥੋਂ ਤੁਸੀਂ ਚੱਲ ਗਏ ਸਾਡੇ ਨਾਲ ਏਡਾ ਮਿਲਣਾ ਇਹਦੇ ਤੇ ਇਹਨਾਂ ਤੁਹਾਡਾ ਦਿਲੋਂ ਹੀ ਧੰਨਵਾਦ ਕਰਦੇ ਆ ਬਾਕੀ ਵੀ ਤਾਂ ਆਪਾਂ ਚੈਨਲ ਦੀ ਤਿਆਰੀ ਕੀਤੀ ਆ ਇੱਕ ਸਹਾਰੇ ਦੀ ਲੋੜ ਹੁੰਦੀ ਆ ਬਸ ਪਾਣੀ ਦੇ ਵਿੱਚ ਡੁੱਬਦਾ ਹੋਵੇ ਬੰਦਾ ਤੇ ਜਦੋਂ ਤਿਣਕੇ ਦੀ ਸਹਾਰੀ ਉਹ ਚੀਜ਼ ਆ ਵੀ ਇਹ ਬੱਚਾ ਉਹ ਆ ਗੱਲ ਉਹ ਸੜਨਾ ਹੋਈ ਸੀ ਤਦੀਆਂ ਕਹਿੰਦੇ ਵੀ ਤੈਨੂੰ ਧੱਕਾ ਮਾਰਿਆ ਬਿਲਕੁਲ ਤੇ ਇੱਕ ਗੱਲ ਭਾਜੀ ਹੋਰ ਹੈਗੀ ਜੇ ਪਤਾ ਕਿਹੜੀ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸਿਮਰਜੀਤ ਸਿੰਘ ਮਾਨ ਕਹਿੰਦੇ ਹੁੰਦੇ ਆ ਵੀ ਇੱਕ ਰਾਣਾ ਇੱਕ ਪੰਡਿਤ ਨੇ ਜੱਟ ਢਾਲਿਆ ਸੀ ਤੇ ਉਹ ਉੱਤੇ ਬੈਠਾ ਰੋਈ ਜਾਵੇ ਉਹ ਕਹਿੰਦਾ ਵੀ ਤੂੰ ਰੋਂਦਾ ਦੂਜੇ ਬੰਦੇ ਨੇ ਆ ਕੇ ਪੁੱਛਿਆ ਰੋਂਦਾ ਕਿਉਂ ਆ ਹੈ ਉਹ ਕਹਿੰਦਾ ਵੀ ਜੇ ਜੱਟ ਥੱਲਿਓ ਨਿਕਲ ਗਿਆ ਇਹਨੇ ਮੈਨੂੰ ਜੁੱਤੀ ਫੇਰਨੀ ਆ ਹੈ ਕਈਆਂ ਨੂੰ ਆਪਣੇ ਤੋਂ ਇਹ ਡਰ ਪੈ ਗਿਆ ਹੁਣ ਹੈ ਉੱਤੇ ਬੈਠਾ ਰੋਈ ਜਾਂਦਾ ਕਈ ਵਾਰ ਕੋਈ ਵੀ ਇਹ ਜੇ ਉੱਠ ਖਲੋਤਾ ਇਹਨੇ ਮੈਨੂੰ ਜੁੱਤੀ ਫੇਰਨੀ ਆ ਚਲੋ ਭਾਜੀ ਮੇਨ ਗੱਲ ਇਹ ਆ ਵੀ ਚਲੋ ਆਪਾਂ ਮਾਲ ਦੇ ਚਲੋ ਬਾਬੇ ਦੀ ਕਿਰਪਾ ਨਾਲ ਆਪਣੇ ਇੱਥੇ ਫਾਰਮ ਵੀ ਕਾਫੀ ਸੇਲ ਜੀ 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 ਸਿਰਫ ਇੱਥੇ ਆਪਾਂ ਲੈ ਕੇ ਆਏ ਆ ਵੀ ਚਲੋ ਵੀਰ ਭਰਾ ਬਾਹਰੋਂ ਵੀ ਮਿਲਣ ਗਏ ਹੋਣਗੇ ਸ਼ੌਂਕ ਨਾਲ ਬਿਲਕੁਲ ਇਦਾਂ ਪ੍ਰੇਮ ਪਿਆਰ ਵਾਧਾ ਹੋ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਾਕੀ ਫਲ ਪਿਆਰ ਦੀਆਂ ਬਾਕੀ ਬਾਕੀ ਸਭ ਤੋਂ ਭਾਜੀ ਨਾ ਇਹ ਜਿਹੜੀਆਂ ਮੱਝਾਂ ਗਾਵਾਂ ਚਲੋ ਭਾਜੀ ਇਹ ਤੇ ਵਿਕਦੀਆਂ ਰਹਿਣੀਆਂ ਹਾਂਜੀ ਜਿਹੜਾ ਇੱਕ ਸੰਤ ਨਾਲ ਭਾਈ ਪਿਆਰ ਹੋ ਜਾਣਾ ਨਾ ਭਾਈ ਉਹ ਤੋਂ ਸਭ ਭਾਈ ਵੱਡੀ ਕੋਈ ਚੀਜ਼ ਨਹੀਂ ਹੁੰਦੀ ਜਿਹੜੀ ਗੱਲ ਕਰਦਾ ਜੀ ਬਾਰ ਬਾਰ ਇਹੋ ਕਹਿੰਦੇ ਨੇ ਜਗਦੀਪ ਡੇਰੀ ਫਾਰਮ ਚੈਨਲ ਬਣਾਇਆ ਨਾ ਭਾਜੀ ਇਹ ਸਾਡਾ ਆਪਾਂ ਵੀ ਮਨ ਚ ਇਹੋ ਹੰਕਾਰ ਇਹਨੇ ਵੀਰ ਨੂੰ ਵੀ ਆਖਿਆ ਸੀ ਜਦੋਂ ਮਤਲਬ ਮੈਂ ਕਦੇ ਇਹ ਮਨ ਚ ਨੀ ਸੋਚਣਾ ਵੀ ਸਾਡਾ ਚੈਨਲ ਆ ਇਹ ਸੰਗਤ ਦਾ ਚੈਨਲ ਆ ਬਿਲਕੁਲ ਸੰਗਤ ਦੇ ਪਿਆਰ ਨਾਲ ਭਾਈ ਬਣਾਇਆ ਜਿਹੜੀ ਗੱਲ ਕਰਨ ਵਾਲੀ ਜਿਹੜੀ ਗੱਲ ਭਾਜੀ ਅੱਜ ਆਪਾਂ ਇਹਨਾਂ ਪਸ਼ੂਆਂ ਦੇ ਕਰਕੇ ਸਟਾਰ ਆ ਸਟਾਰ ਆ ਬਾਈ ਠੀਕ ਆ ਜੇ ਬਾਕੀ ਭਾਜੀ ਕੋਈ ਵੀ ਬੰਦਾ ਹੀ ਜਿਹੜੀ ਗੱਲ ਕਰਨ ਵਾਲੀ ਆ ਉਹ ਇਹਨਾਂ ਚੀਜ਼ਾਂ ਦੇ ਭਾਈ ਸਟਾਰ ਬਣਿਆ ਦਿੰਦੀਆਂ ਜੀ 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 ਤੇ ਗੱਲ ਤੇ ਉਹ ਚੀਜ਼ਾਂ ਭੁੱਲ ਜਾਂਦੇ ਆ ਬੰਦੇ ਉਹ ਜਦੋਂ ਉਹ ਚੀਜ਼ਾਂ ਭੁੱਲ ਜਾਂਦੇ ਨਾ ਭਾਜੀ ਉਹਨਾਂ ਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਵੀ ਇਹਦੇ ਚੈਨਲ ਮੇਰਾ ਹੀ ਯਾਰ ਜਿਹੜੀ ਗੱਲ ਕਰਨ ਵਾਲੀ ਆ ਮੈਂ ਇਹਦਾ ਕੰਮ ਨਾ ਕਰੂੰ ਇਹਦਾ ਚੈਨਲ ਕੰਮ ਨਹੀਂ ਚੱਲਣਾ ਤੇ ਉਹ ਪਰਮਾਤਮਾ ਨੂੰ ਭਾਜੀ ਸਾਰਿਆਂ ਦਾ ਉਹਨਾਂ ਨੂੰ ਸਾਰਿਆਂ ਦਾ ਫਿਕਰ ਹੈ ਜਿਹੜੀ ਗੱਲ ਵੀ ਕਿੱਦਾਂ ਕਿਹਾ ਜੀ 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 ਠੀਕ ਆ ਝੋਟੀਆਂ ਵੀ ਦਿਖਾਈਏ ਆਪਾਂ ਹਾਂ ਝੋਟੀਆਂ ਦਿਖਾਉਂਦੇ ਆ ਬਾਕੀ ਚਲੋ ਇੱਕ ਆਪਣਾ ਭਣੇਵਾ ਨਾਲ ਹਾਂਜੀ ਜੀ ਇਹਨੇ ਬੜੀ ਮਿਹਨਤ ਕੀਤੀ ਆ ਠੀਕ ਆ ਆਪਾਂ ਇਹਦਾ ਨਾਂ ਕੀ ਆ ਇਹਦਾ ਕਰਨਪ੍ਰੀਤ ਸਿੰਘ ਠੀਕ ਆ ਠੀਕ ਆ ਤੇ ਬਾਕੀ ਆ ਛੋਟੇ ਜਿਹੇ ਬੱਚੇ ਨੇ ਇਸ ਤੋਂ ਸ਼ੁਰੂਆਤ ਹੋ ਗਈ ਆਪਣੀ ਸ਼ਰਮਾਤ ਕਿਸੇ ਨੇ ਨਵੀਂ ਕਰਨੀ ਹੁੰਦੀ ਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਵੀ ਸਾਰਿਆਂ ਦੇ ਨਾਲ ਮਿਲ ਕੇ ਚੈਨਲ ਜਿਹੜਾ ਉਹ ਚਲਾ ਲਿਆ ਤੇ ਥੋੜਾ ਟਾਈਮ ਜ਼ਿਆਦਾ ਲਈ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਪਰ ਇਹ ਚੈਨਲ ਕਿੱਦਾਂ ਚੱਲਣਾ ਜੀ ਇਹਨੇ ਕਿਹਾ ਕਹਿੰਦਾ ਇਹ ਕਿਹੜਾ ਕੰਮ ਹੈ ਦਾਦੀ ਡੈਡੀ ਇਹ ਚੈਨਲ ਚਲਾ ਪਹਿਲੀ ਵੀਡੀਓ ਪਾਈ ਭਾਜੀ ਸਾਡੀ 500 ਚੱਲੀ ਦਦੀਆਂ ਹਾਂਜੀ ਚੱਲੀ ਭਾਈ 1000 ਚੱਲੀ ਹੌਲੀ ਹੌਲੀ ਗੁਰੂ ਰਾਮਦਾਸ ਜੀ ਮੇਰੇ ਨਾਲ ਭਾਈ ਚੈਨਲ ਚੱਲ ਪਿਆ ਜਿਹੜੀ ਗੱਲ ਕਰਨ ਵਾਲੀ ਆ ਠੀਕ ਹੈ ਜਦੋਂ ਤੁਸੀਂ ਚੈਨਲ ਬਣਾਇਆ ਨਾ ਅਸੀਂ ਜਦੋਂ ਨਵਾਂ ਬਣਾਇਆ ਤੇ ਅਸੀਂ ਹਰ ਵੀਡੀਓ ਵੇਂਦੇ ਰਹੇ ਹਾਂਜੀ ਇੱਕ ਤੋਂ ਨਾ ਬੰਦਾ ਮਤਲਬ ਨਵੀਂ ਹੁਣ ਚੀਜ਼ ਬੰਦਾ ਜਦੋਂ ਨਵਾਂ ਉੱਠਦਾ ਨਾ ਹਰ ਕੋਈ ਸੋਚਦਾ ਕਿਉਂਕਿ ਵਪਾਰ ਲੈਣ ਦੇ ਵਿੱਚ ਪਹਿਲਾਂ ਵੀ ਚੀਜ਼ਾਂ ਬਾਰੇ ਪਹਿਲਾਂ ਪਤਾ ਸੀ
ਵਪਾਰ ਦੇ ਬਾਈ ਸਾਡੀ ਜੱਦੀ ਪੁੱਤ ਜਿਹੜੀ ਤੀਸਰੀ ਪੀੜੀ ਆ ਵਪਾਰ ਦੀ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਤੁਸੀਂ ਵੇਖ ਲਿਆ ਵਾ ਗਰਾਊਂਡ 'ਚ ਫਿਰ ਤੁਹਾਨੂੰ ਪਤਾ ਥਾਪੀ ਉੱਥੇ ਵੱਜਦੀ ਤੇ ਪਤਾ ਜਿਹਾ ਕੰਮ ਬਿਲਕੁਲ ਬਿਲਕੁਲ ਦਿਖਾਦੇ ਆ ਕੈਸ ਤੇ ਭਾਜੀ ਹੁਣ ਜੀ ਕਵਰ ਕਰ ਲਈ ਆ ਠੀਕ ਥਾਪੀ ਉੱਥੇ ਵੱਜਦੀ ਜਿੱਥੇ ਪੜ ਜੇ ਦਮ ਹੋਵੇ ਦਮ ਹੈਗਾ ਨਾ ਥਾਪੀ ਵਿੱਚ ਬਿਲਕੁਲ ਬਿਲਕੁਲ ਤੇ ਆਪਾਂ ਭਾਈ ਝੋਟੀਆਂ ਦਿਖਾਉਨੇ ਆ ਕਰਾ ਸਾਰੇ ਇਕੱਠੇ ਹੋ ਜਾਓ ਫੋਟੋ ਖਿੱਚੀ ਇੱਕ ਨਾਲ ਇਹ ਆ ਕੇ ਵੀਡੀਓ ਵੀ ਬਣਾ ਲਈ ਭਾਜੀ ਗਾਂ ਰੁਚੀ ਵਾਲੇ ਇਹਨੂੰ ਇੱਧਰ ਲਿਆਓ ਨਾ ਚੰਗੀ ਕੁਆਲਿਟੀ ਦੀਆਂ ਸਾਰੀਆਂ ਹੀ ਭਾਜੀ ਆਪਣੇ ਕੋਲ ਕਿੰਨੇ ਕਿੰਨੇ ਕੁ ਰੇਟ ਵਾਲੀਆਂ ਵਾ ਵੈੜਾਂ ਸਾਰੀਆਂ ਸਾਡੇ ਕੋਲ ਰੇਟ ਤਾਂ ਭਾਈ ਮੰਨ ਲਓ ਵੀ 70-80 ਤੋਂ ਚਾਲੂ ਹੋ ਗਏ ਨਾ ਭਾਜੀ ਹਾਂਜੀ ਤੇ 5.5 ਲੱਖ ਤੱਕ ਗਾਂ ਮਿਲ ਜੂਗੀ ਠੀਕ ਹੈ ਜੀ ਹਾਂਜੀ ਤੇ ਝੋਟੀਆਂ ਵੀ ਝੋਟੀਆਂ ਭਾਜੀ ਸਾਡੇ ਕੋਲ ਮੰਨ ਲਓ 1.5 ਲੱਖ ਤੋਂ ਰੱਖ ਕੇ ਤੇ 2.5 ਲੱਖ ਤੱਕ ਮਿਲ ਜੂ ਭਾਜੀ ਦੁੱਧ ਕਿੰਨਾ ਕਿੰਨਾ ਆਊਗਾ ਦੁੱਧ ਝੋਟੀਆਂ ਕੋ ਭਾਜੀ ਹੋਊਗਾ 15 ਤੋਂ ਰੱਖ ਕੇ 22 ਕਿਲੋ ਤੱਕ ਆਈਟਮ ਦੇ ਮੌਕੇ ਤੇ ਜਿਹੜੀ ਕੰਡੇ ਵਾਲਾ ਦੁੱਧ ਤਿਆਰ ਹੈ ਇੱਥੇ ਮੰਡੀ 'ਚ ਜਿਹੜੇ ਹਾਜ਼ਰ ਰਹਿੰਦੀਆਂ ਠੀਕ ਹੈ ਠੀਕ ਹੈ ਲੋਕੀ ਭਾਜੀ ਦੂਜਿਆਂ ਦਾ ਰਿਪੈਰੀਆਂ ਛੱਡ ਕੇ ਜਿੱਦਾਂ ਮਰਜ਼ੀ ਆਪਾਂ ਕੰਡਾ ਵੀ ਨਾਲ ਲੈ ਕੇ ਆਏ ਮੰਡੀ 'ਚ ਵੀ ਠੀਕ ਹੈ ਜੀ ਸਾਡੇ ਕੋਲ ਭਾਈ ਦਿੰਦੇ ਨੇ ਕੰਡਾ ਕਰੋ ਦਿੰਦੇ ਅੱਜ ਮੰਡੀ ਦੇ ਵੀ ਜੇ ਕਿਨੇ ਕੰਡਾ ਮਿਲਣਾ ਇੱਥੇ ਵੀ ਕੰਡਾ ਮਿਲ ਸਕਦਾ ਭਾਈ ਬਿਲਕੁਲ ਜੀ ਬਿਲਕੁਲ ਤੇ ਗਾਵਾਂ ਸਾਡੇ ਕੋਲ ਭਾਈ ਆ ਦੋ ਤਿੰਨ ਹੋਣੇ ਅੱਜ ਹੀ ਸੁਈਆਂ ਬਾਕੀ ਜਾਦੀਆਂ ਗੱਭਣੇ ਕੋ ਬੱਚੀ ਕੋ 40 ਕਿਲੋ ਸਟੈਂਡਿੰਗ ਬੋਲਾ ਤਿਆਰ ਹੈ ਪਹਿਲੇ ਦੂਜੇ ਜਾਂ ਵੈੜਾਂ ਮਾ ਜਿਹੜੀਆਂ ਫਸਟ ਮੈਂ ਭਾਈ ਪਹਿਲਾ ਦੂਜੇ ਸੁਈ ਦੰਦਾਂ ਦੋਨੀਆਂ ਚੁੱਗੀਆਂ ਭਾਜੀ ਬੱਚੀਆਂ ਸਾਰੀਆਂ ਠੀਕ ਹੈ ਤੇ ਜਿੰਨੇ ਵੀਰ ਵੀਡੀਓ ਦੇਖਦੇ ਆ ਜੱਗੂ ਵੀਰ ਨੂੰ ਆ ਕੇ ਜਰੂਰ ਮਿਲਿਓ ਭਾਈ ਦਾ ਜਿੱਦਾਂ ਦਾ ਬੋਲ ਬਣੀ ਆ ਸੁਭਾਅ ਵੀ ਬਹੁਤ ਵਧੀਆ ਜਿੱਦਾਂ ਦੇ ਵੀਡੀਓ 'ਚ ਨਾ ਬੋਲਦੇ ਹਾਂਜੀ ਇੱਕ ਹੁੰਦਾ ਨਾ ਬੰਦਾ ਮਤਲਬ ਉਦਾਂ ਵੀਡੀਓ ਤੋਂ ਹੋਰ ਹੁੰਦਾ ਉਹਦਾ ਜੱਗੂ ਵੀਰ ਨੂੰ ਮੈਂ ਪਹਿਲੀ ਵਾਰ ਮਿਲਿਆ ਵਾ ਅਸੀਂ ਹੱਕ ਚ ਵੀਡੀਓ ਪਾਈ ਸੀ ਜੱਗੂ ਵੀਰ ਦੇ ਜਦੋਂ ਮੈਂ ਕਿਹਾ ਮੈਂ ਜੱਗੂ ਵੀਰ ਨੂੰ ਮਿਲਿਆ ਨੀ ਆ ਨਾ ਮੇਰੀ ਫੋਨ ਤੇ ਹੀ ਗੱਲ ਹੋਈ ਆ ਉਹਦੇ ਤੋਂ ਬਾਅਦ ਚ ਹੋਈ ਇਸੇ ਬੰਦੇ ਨਾਲ ਨਾ ਮੁਲਾਕਾਤ ਹੋ ਗਈ ਆ ਆਪਾਂ ਦਿਲੋਂ ਧੰਨਵਾਦ ਕਰਦੇ ਆ ਤੁਹਾਡਾ ਇੱਕ ਤੋਂ ਨਾ ਬੰਦੇ ਪਹਿਲਾਂ ਵੀ ਜਾਣਦੇ ਹੋਣ ਅਸੀਂ ਅੱਜ ਪਹਿਲੀ ਵਾਰ ਵੀਰ ਨੂੰ ਮਿਲੇ ਆ ਚਲੋ ਠੀਕ ਆ ਜੀ ਮਿਹਰਬਾਨੀ ਧੰਨਵਾਦ ਜੀ